ਤੁਸੀਂ ਦੇਖ ਸਕਦੇ ਹੋ 18 ਨੰਬਰ ਵਾਰਡ ਦੇ ਵਿੱਚ ਜਿਹੜਾ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖਦੇ ਹੋ 18 ਨੰਬਰ ਵਾਰਡ ਦੇ ਵਿੱਚ ਜਿਹੜਾ ਬਦਾਮ ਜਿਹੜੇ ਨੇ ਖਵਾਏ ਜਾ ਰਹੇ ਕਿਉਂਕਿ 18 ਨੰਬਰ ਵਾਰਡ ਜਿਹੜਾ ਦ੍ਰਿਸ਼ ਸੀ ਕਿਉਂਕਿ ਜਿੱਤਣ ਤੋਂ ਬਾਅਦ ਜਿਹੜੀ ਹੈ ਖੁਸ਼ੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਦਾਮ ਜਿਹੜੇ ਨੇ ਖਾਸ ਤੌਰ ਤੇ ਖਵਾਏ ਜਾ ਰਹੇ ਕਿਉਂਕਿ ਅਕਾਲੀ ਦਲ ਦੀ ਜਿਹੜੀ ਖੁਸ਼ੀ ਹੈ ਉਹ ਜ਼ਾਹਿਰ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ 18 ਨੰਬਰ ਵਾਰਡ ਜਿਹੜਾ ਸੋ ਲਗਾਤਾਰ ਜਿਹੜਾ ਜਿੱਤ ਹਾਸਲ ਕਰੀ ਹੈ ਗੱਲਬਾਤ ਕਰਦੇ ਆ ਕੈਂਡੀਡੇਟ ਦੇ ਨਾਲ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਈ ਜਿਹੜਾ ਬਦਾਮ ਜਿਹੜਾ ਤੁਹਾਨੂੰ ਖਵਾਇਆ ਜਾ ਰਿਹਾ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਸੀ ਵਿਰੋਧੀ ਪਾਰਟੀਆਂ ਵੱਲੋਂ ਵੀ ਅਕਾਲੀ ਦਲ ਨੂੰ ਇੱਕ ਸੀਟ ਹਾਸਲ ਨਹੀਂ ਹੋਊਗੀ ਪਰ ਆਖਿਰਕਾਰ ਅਕਾਲੀ ਦਲ ਦੀਆਂ ਜਿਹੜੀਆਂ ਸੀਟਾਂ ਹਾਸਲ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਇਹ ਆਪਣਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਨਤੀਜਾ ਹੈ ਜਿਹੜੇ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਹਦੇ ਵਿੱਚ ਜੋ ਵਿਕਾਸ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਉਸ ਵਿਕਾਸ ਦੇ ਮੱਦੇਨਜ਼ਰ ਉਸ ਵਿਕਾਸ ਨੂੰ ਦੇਖਦੇ ਹੋਏ ਅੱਜ ਅਕਾਲੀ ਦਲ ਦੀ ਨਾਭੇ ਵਿੱਚ ਬਹੁਤ ਵੱਡੀ ਜਿੱਤ ਹੋਈ ਹੈ ਲਗਾਤਾਰ ਜੇਕਰ ਕਿਹਾ ਜਾ ਰਿਹਾ ਸੀ ਵੀ ਅਕਾਲੀ ਦਲ ਜਿਹੜੀ ਹੈ ਸੀਟ ਤੋਂ ਜਿਹੜੀ ਹੈ ਸੀਟ ਹਾਸਲ ਕਰੂਗਾ ਪਰ ਜਿਹੜੀ ਹੈ ਜਿਹੜੀਆਂ ਵੋਟਾਂ ਪਈਆਂ ਨੇ ਉਹ ਤੋਂ ਸਾਬਤ ਕਰ ਦਿੱਤਾ ਗਿਆ ਵੀ ਅਕਾਲੀ ਦਲ ਜਿਹੜਾ ਇੱਕ ਗੱਠਜੋੜ ਹੈ ਖਾਸ ਕਰਕੇ ਇਸ ਮਹੱਲੇ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਵੋਟਾਂ ਤੁਹਾਨੂੰ ਹਾਸਲ ਹੋਈਆਂ ਕੀ ਸਮਝਦੇ ਹੋ ਕਿ ਵਾਕਈ ਹੁਣ ਭਾਪਾ ਜੀ ਦਾ ਕਬਜ਼ਾ ਜਾਂ ਸਰਦਾਰ ਦਾ ਕਬਜ਼ਾ ਦੇਖੋ ਇਹ ਵਾਰਡ ਵਾਸੀਆਂ ਦਾ ਮੇਰੇ ਤੇ ਆਸ਼ੀਰਵਾਦ ਰਿਹਾ ਖਾਸ ਕਰ ਮੁਹੱਲਾ ਕਹੋਟਾ ਦਾ ਜਿਨ੍ਹਾਂ ਨੇ ਇੱਕ ਪਾਸਾ ਹੀ ਕਰਤਾ ਇਲੈਕਸ਼ਨ ਵਿੱਚ ਵੀ ਜਿਹੜੀਆਂ ਵੋਟਾਂ ਨੇ ਮੁਹੱਲੇ ਕੋਠੇ ਦੀਆਂ ਸਾਰੀਆਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਨੇ ਸੋ ਮੈਂ ਬਹੁਤ ਧੰਨਵਾਦੀ ਹਾਂ ਵਾਰਡ ਵਾਸੀਆਂ ਦਾ ਮੁਹੱਲਾ ਕੋਹਟਾ ਦਾ ਕਾਂਗਰਸ ਦੀ ਗੱਲ ਕੀਤੀ ਜਾਵੇ ਲਗਾਤਾਰ ਇੱਕ ਐਮ ਸੀ ਜਿਹੜੇ ਜਿੱਤਦੇ ਆ ਰਹੇ ਨੇ ਪਰ ਵਿਕਾਸ ਦੀ ਗੱਲ ਕੀਤੀ ਜਾਵੇ ਵਿਕਾਸ ਜਿਹੜਾ ਤਸਵੀਰ ਤੁਸੀਂ ਆਪ ਹੀ ਬੋਲਦੀ ਆ ਵੀ ਕਿੱਦਾਂ ਦਾ ਵਿਕਾਸ ਹੋਇਆ ਅਸੀਂ ਇਹ ਜਾਇਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਹੁਤ ਪਾਰਟੀ ਆਈਆਂ ਨੇ ਹੁਣ ਕਿੱਦਾਂ ਦੇ ਵਿਕਾਸ ਕੀਤੇ ਜਾਣਗੇ ਇਸ ਮੁਹੱਲੇ ਦੇ ਵਿੱਚ ਖਾਸ ਕਰਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਰਹੀ ਹੈ ਵੀ ਗਰਾਊਂਡ ਲੈਵਲ ਤੋਂ ਜਿਹੜਾ ਆ ਵਿਕਾਸ ਉਹ ਕਰਨਾ ਆ ਔਰ ਮੁਹੱਲੇ ਤੋਂ ਲੈ ਕੇ ਅਸੀਂ ਪੂਰੇ ਸ਼ਹਿਰ ਤੱਕ ਦਾ ਵਿਕਾਸ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਵੱਲੋਂ ਜਿਹੜੇ ਜਿੱਤਣ ਉਹਨਾਂ ਵੱਲੋਂ ਕੀਤਾ ਜਾਊਗਾ ਸੋ ਬਿਲਕੁਲ ਜਿਸ ਤਰ੍ਹਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਿਕਾਸ ਕਾਰਜ ਕੀਤਾ ਜਾਵੇਗਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਜਿਹੜਾ ਟੋਲ ਦੀ ਦਾਗੇ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਸੀ ਉਹ ਜੇਤੂ ਐਲਾਨ ਕੀਤੇ ਗਏ ਸੀ ਅੱਜ ਜਿਹੜਾ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਸੋ ਬਦਾਮਾਂ ਦੀ ਗੱਲ ਕੀਤੀ ਜਾਵੇ ਲੱਡੂ ਵੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਖੁਸ਼ੀ ਦੇ ਵਿੱਚ ਖਵਾਏ ਜਾ ਰਹੇ ਨੇ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਵੀ ਅਕਾਲੀ ਦਲ ਦਾ ਜਿਹੜਾ ਕਬਜ਼ਾ ਜਿਹੜਾ ਨਾਭੇ ਦੇ ਵਿੱਚ ਨਹੀਂ ਹੋ ਸਕਦਾ ਸੋ ਦਿਖਾ ਦਿੱਤਾ ਗਿਆ ਵੀ ਨਾਭੇ ਦੇ ਵਿੱਚ ਤਕਰੀਬਨ ਜਿਹੜੀਆਂ ਨੇ ਉਹ 6 ਸੀਟਾਂ ਹਾਸਲ ਹੋਈਆਂ ਨੇ ਸੋ ਮੂੰਹ ਮਿੱਠਾ ਕਰਾ ਜਾ ਰਿਹਾ ਕੈਂਡੀਡੇਟ ਦਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਉਮੀਦਵਾਰਾਂ ਜਿਹੜਾ ਵੋਟਾਂ ਪਾਈਆਂ ਸੀ ਉਹਨਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੋ ਗੱਲਬਾਤ ਕਰਦੇ ਹਾਂ ਮਹਿਲਾਵਾਂ ਦੇ ਨਾਲ ਕਿਉਂਕਿ ਮਹਿਲਾਵਾਂ ਦਾ ਸਭ ਤੋਂ ਵੱਧ ਰੋਲ ਹੁੰਦਾ ਕੀ ਸਮਝਦੇ ਹੋ ਹਾਂਜੀ ਕੀ ਸਮਝਦੇ ਹੋ ਤੁਸੀਂ ਜਿਹੜਾ ਵੋਟ ਪਾ ਕੇ ਜਿਹੜਾ ਜਿਤਾਇਆ ਕੀ ਵਿਕਾਸ ਕਰਨਾ ਚਾਹੁੰਦੇ ਹੋ ਦਫ਼ਤਰ ਜੀ ਅਸੀਂ ਸਾਨੂੰ ਪਤਾ ਸਾਡੇ ਕੰਮ ਕਰੇਗਾ ਸਾਰੇ ਕੰਮ ਕਰਨਗੇ ਜੀ ਇਹ ਬਹੁਤ ਸਾਨੂੰ ਪੂਰੀ ਉਮੀਦ ਹੈ ਸਾਨੂੰ ਸਾਰੀਆਂ ਆਪਣੀ ਉਮੀਦਾਂ ਤੇ ਪੂਰੇ ਪੂਰੇ ਉਤਰਨਗੇ ਆਪਣੀ ਤੁਹਾਨੂੰ ਆ ਸਕੀ ਸੀ ਕਿ ਇੰਨੀ ਵੱਡੀ ਲੀਡ ਦਾ ਜਿੱਤ ਗਵਾਏ ਨਾ ਜੀ ਹਾਂ ਕਿਉਂ ਨਹੀਂ ਆ ਸਕੀ ਸੀ ਪੂਰੀ ਆ ਸਕੀ ਸੀ ਸਾਨੇ ਜਿੱਤਣਗੇ ਹੀ ਜਿੱਤਣਗੇ ਕੀ ਕਿਉਂ ਕਿ ਤੁਸੀਂ ਕਾਂਗਰਸ ਦੇ ਪਾਰਟੀ ਨੂੰ ਜਿਹੜਾ ਨਹੀਂ ਇਸ ਜਗ੍ਹਾ ਤੇ ਜਿਤਾਇਆ ਕੀ ਕਾਰਨ ਕੀ ਰਿਹਾ ਸਾਨੂੰ ਕਾਂਗਰਸ ਤੇ ਕੋਈ ਭਰੋਸਾ ਨਹੀਂ ਕਾਂਗਰਸ ਨੇ ਅਜੇ ਤੱਕ ਕੁਝ ਨਹੀਂ ਕੀਤਾ ਜੀ ਸਾਡੇ ਲਈ ਜੋ ਕਰਨਗੇ ਸਨੀ ਜੀ ਕਰਨਗੇ ਸਭ ਬਿਲਕੁਲ ਜਿਸ ਤਰ੍ਹਾਂ ਲੋਕਾਂ ਨੇ ਆਸ ਜਤਾਈ ਆ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਇਸ ਜਗ੍ਹਾ ਤੋਂ ਜਿਹੜੇ ਨੇ ਜਿੱਤ ਹਾਸਲ ਕੀਤੀ ਹੈ ਸੋ ਮਹੱਲੇ ਵਾਸੀਆਂ ਦੀ ਗੱਲ ਕੀਤੀ ਹੈ ਮੈਂ ਲਗਾਤਾਰ ਮਹੱਲਾ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸੋ ਇਸ ਜਗ੍ਹਾ ਤੇ ਜਿਹੜਾ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਸੋ ਤੁਸੀਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਪਿੱਛੇ ਵੀ ਦਿਖਾ ਦਈਏ ਕਿਸ ਤਰ੍ਹਾਂ ਜਿਹੜਾ ਮਹੱਲਾ ਨਿਵਾਸੀਆਂ ਵੱਲੋਂ ਜਿਹੜਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਸੋ ਤੁਹਾਨੂੰ ਦਿਖਾ ਦਈਏ ਝੰਡੇ ਦੀ ਜਿਹੜੀ ਹੈ ਰਸਮ ਵੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਝੰਡਾ ਜਿਹੜਾ ਉਹ ਫੜਿਆ ਗਿਆ ਸੋ ਨੌਜਵਾਨ ਜਿਹੜੇ ਨੇ ਉਹਰੇ ਮੌਜੂਦ ਨੇ ਨੱਚ ਰਹੇ ਨੇ ਟੱਪ ਰਹੇ ਨੇ ਨੱਚ ਕੇ ਜਿਹੜੀ ਆ ਉਹ ਖੁਸ਼ੀ ਮਨਾ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨਾਭਾ ਦੇ ਵਾਰਡ ਨੰਬਰ 18 ਦੀਆਂ ਜਿਹੜੀਆਂ ਤਸਵੀਰਾਂ ਮੂੰਹ ਬੋਲਦੀਆਂ ਤਸਵੀਰਾਂ ਨੇ 18 ਨੰਬਰ ਵਾਰਡ ਦੀਆਂ ਸੋ ਤੁਹਾਨੂੰ ਨਾਭਾ ਸ਼ਹਿਰ ਦੀ ਵੱਖ ਵੱਖ ਜਗ੍ਹਾ ਦੀ ਜਿਹੜੀ ਰਿਪੋਰਟ ਆ ਤੁਹਾਨੂੰ ਇਸੇ ਜਗ੍ਹਾ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਦਿਖਾਵਾਂਗੇ ਤਦ ਤੱਕ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ